ਭਾਜੀ ਅੰਮ੍ਰਿਤਸਰ ਅਸੀਂ ਵੀ ਇੱਕ ਦਿਨ ਇੱਥੋਂ ਨਾ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਖਾਧਾ ਸੀ ਪਰ ਉਹ ਦਿਲ ਨੂੰ ਵੱਜਾ ਭਾਜੀ ਉਹ ਚੀਜ਼ ਨਹੀਂ ਆ ਜਿਵੇਂ ਆਮ ਅਸੀਂ ਪਿੰਡਾਂ 'ਚ ਬਣਾਉਂਦੇ ਹਾਂ ਫਿਰ ਅਸੀਂ ਵੀ ਇਹ ਸੋਚਿਆ ਵੀ ਅਸੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਲਾ ਲਈਏ ਕਿਉਂਕਿ ਇਹ ਬਣਾਉਂਦੇ ਵਧੀਆ ਸੀ ਸਾਨੂੰ ਵਧੀਆ ਲੱਗਦਾ ਘਰ 'ਚ ਇਹਨਾਂ ਦਾ ਸਾਗ ਅਤੇ ਫਿਰ ਮੈਂ ਇਹਨਾਂ ਨੂੰ ਲੈ ਕੇ ਨਾਲ ਸਲਾਹ ਕੀਤੀ ਵੀ ਚਲੋ ਆਪਾਂ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਲਾ ਲਈਏ ਪਰ ਜਿੱਦਣ ਅਸੀਂ ਪਹਿਲੇ ਦਿਨ ਹੀ ਇੱਥੇ ਆਏ ਹਾਂ ਅਤੇ ਮਤਲਬ ਬਹੁਤ ਮਤਲਬ ਖਾਧਾ ਜਦੋਂ ਤੋਂ ਸ਼ਹਿਰ ਗਏ ਮਤਲਬ ਉਹਨਾਂ ਨੂੰ ਘਰ ਦਾ ਟੇਸਟ ਲੱਗਾ 6 ਵਜੇ ਉੱਠਣਾ ਪੈਂਦਾ ਬੱਚੇ ਵੀ ਛੋਟੇ ਆ ਫਿਰ ਹੌਲੀ ਹੌਲੀ ਤਿਆਰੀ ਕਰਦਿਆਂ ਮਤਲਬ 12-1 ਵੱਜ ਹੀ ਜਾਂਦਾ ਫਿਰ ਇੱਧਰ ਨੂੰ ਆਉਣਾ ਹੁੰਦਾ तरन तारण के नेड़े पिंड बलासौर के रहने वाले एक जोड़े के वलों हर रोज़ अमृतसर जा के एक कारोबार चलाया जाता है। दसा जा रहा है कि उन्होंने वलों हर रोज़ 15 से 20 किलोमीटर सफ़र तय करके अपने अमृतसर जा के मार्केट में सरों का साग और मक्की की रोटी वेची जाती है। इस दे नाल ही उन्होंने वलों दसा गया कि मक्की की रोटी ते सरों का साग पिंडा वर्गा शहरां विच नहीं मिलता तो उन्होंने यह सलाह बनाई कि अमृतसर जा के वह यह साग वेचणगे जिस तों बाद हौली हौली अमृतसर के लोगों के वलों इन्हों काफ़ी प्यार दिता गया तो अमृतसर आके वह काम कर लग पे। इस दे नाल ही उन्हां वल्लों कहा गया कि कोई भी काम छोटा जां वड्डा नहीं हुंदा बस मेहनत ते लगन होनी चाहीदी है। इस दे नाल होर उन्हां दे वल्लों इस दे बारे की आख्या गया वह तुसीं आप सुनो। अमनदीप सिंह भाई ਭਾਜੀ ਤਰਨ ਤਾਰਨ ਦੇ ਸ਼ਹਿਰ ਦੇ ਲਾਗੋਂ ਪਿੰਡ ਪਲਾਸਰ ਉੱਥੋਂ ਦੇ ਰਹਿਣ ਵਾਲੇ ਭਾਜੀ ਅੰਮ੍ਰਿਤਸਰ ਅਸੀਂ ਵੀ ਇੱਕ ਦਿਨ ਇੱਥੋਂ ਨਾ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਖਾਧਾ ਸੀ ਪਰ ਉਹ ਦਿਲ ਨੂੰ ਵੱਜਾ ਭਾਜੀ ਉਹ ਚੀਜ਼ ਨਹੀਂ ਆ ਜਿਵੇਂ ਆਮ ਅਸੀਂ ਪਿੰਡਾਂ 'ਚ ਬਣਾਉਂਦੇ ਹਾਂ ਫਿਰ ਮੇਰੀ ਵਾਈਫ ਨੇ ਸੋਚਿਆ ਆਪਾਂ ਅਲੱਗ ਤਰੀਕੇ ਨਾਲ ਬਣਾਉਂਦੇ ਅਲੱਗ ਤਰੀਕੇ ਨਾਲ ਬਣਾਉਂਦੇ ਫਿਰ ਅਸੀਂ ਆਖਿਆ ਵੀ ਚਲੋ ਕਿਸੇ ਵੇਲੇ ਕਈਆਂ ਨੂੰ ਟੇਸਟ ਨਹੀਂ ਪਸੰਦ ਆਉਂਦਾ ਕਸਟਮਰ ਕੋਈ ਐਡਾ ਵੇਖੇ ਫਿਰ ਅਸੀਂ ਵੀ ਇਹ ਸੋਚਿਆ ਵੀ ਅਸੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਲਾ ਲਈਏ ਕਿਉਂਕਿ ਇਹ ਬਣਾਉਂਦੇ ਵਧੀਆ ਸੀ ਸਾਨੂੰ ਵਧੀਆ ਲੱਗਦਾ ਘਰ 'ਚ ਇਹਨਾਂ ਦਾ ਸਾਗ ਅਤੇ ਫਿਰ ਮੈਂ ਇਹਨਾਂ ਨੂੰ ਲੈ ਕੇ ਨਾਲ ਸਲਾਹ ਕੀਤੀ ਵੀ ਚਲੋ ਆਪਾਂ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਲਾ ਲਈਏ ਭਾਜੀ ਕਾਫੀ ਇਹਨਾਂ ਨੂੰ ਮਿਹਨਤ ਕਰਨੀ ਪੈਂਦੀ ਸੀ ਸਵੇਰੇ ਤਕਰੀਬਨ 5 ਵਜੇ ਉੱਠ ਪਈਦਾ ਹਾਂ ਉਸ ਤੋਂ ਬਾਅਦ ਸਾਗ ਲਿਆ ਕੇ ਬਣਾਉਣਾ ਪੈਂਦਾ ਵਾ ਤਕਰੀਬਨ 7 ਵਜੇ ਸਟਾਰਟ ਕਰਦਾ ਤਾਂ ਸਾਗ ਬਣਾਉਣਾ ਤਕਰੀਬਨ 11, 11:30, 12 ਵੱਜ ਜਾਂਦੇ ਭਾਜੀ ਹਾਂ ਹਾਂਜੀ ਬੱਚੇ ਵੀ ਨਾਲ ਲੈ ਕੇ ਆਉਂਦੇ ਭਾਜੀ ਭਾਜੀ ਬੱਚਿਆਂ ਨਾਲ ਬੜਾ ਸਟਰਗਲ ਜੇ ਇੱਥੇ ਕਿਉਂਕਿ ਬੱਚੇ ਇੱਕ ਕਈ ਵਾਰੀ ਇੱਕ ਰਹਿੰਦਾ ਕਈ ਵਾਰ ਭਾਜੀ ਕਸਟਮਰ ਖੜ੍ਹੇ ਹੁੰਦੇ ਦੋਵੇਂ ਰੋਂਡਾ ਪੈਂਦੇ ਕਈ ਵਾਰ ਇਹਨਾਂ ਨੂੰ ਕਈ ਵਾਰ ਕਸਟਮਰ ਨੂੰ ਖੁਦ ਫੜਾ ਕੇ ਸਾਨੂੰ ਕਰਨਾ ਪੈਂਦਾ ਵੀ ਤੁਸੀਂ ਫੜ ਲਓ ਅਸੀਂ ਤੁਹਾਡੀ ਪਲੇਟ ਜਿਹੜੀ ਆ ਤਿਆਰ ਕਰ ਦਿੰਦੇ ਬੜੇ ਭਾਜੀ ਪਿਆਰ ਦੇ ਰਹੇ ਜੇ ਕੋਈ ਇੱਕ ਖਾ ਕੇ ਜਾਂਦਾ ਭਾਜੀ 3-4 ਪਲੇਟਾਂ ਪੈਕ ਵੀ ਕਰਵਾ ਕੇ ਲੈ ਕੇ ਜਾਂਦਾ ਜਸਕਿਰਨ ਕੌਰ ਤਰਨਤਾਰਨ ਜ਼ਿਲ੍ਹੇ ਤੋਂ ਪਿੰਡ ਪਲਾਸੌਰ ਹਾਂਜੀ ਅਸੀਂ ਇੱਥੇ ਅੰਮ੍ਰਿਤਸਰ ਜ਼ਿਲ੍ਹੇ 'ਚ ਮਤਲਬ ਆਏ ਸੀ ਅਤੇ ਅਸੀਂ ਨਾ ਮਤਲਬ ਸਾਗ ਖਾਧਾ ਇੱਥੋਂ ਅਤੇ ਪਰ ਨਾ ਉਹ ਨਾ ਘਰ ਦਾ ਸਵਾਦ ਨਾ ਲੱਗਾ ਅਤੇ ਮਤਲਬ ਘਰ ਮਤਲਬ ਜਿਸ ਤਰ੍ਹਾਂ ਬਣਾਈਦਾ ਚੁੱਲ੍ਹੇ 'ਤੇ ਅਤੇ ਅਸੀਂ ਸੋਚਿਆ ਕਿ ਇਹ ਉਹ ਸਵਾਦ ਨਹੀਂ ਆ ਅਤੇ ਫਿਰ ਜਿਸ ਤਰ੍ਹਾਂ 6-7 ਘੰਟੇ ਲੱਗ ਜਾਂਦੇ ਬਣਾਉਣ ਲੱਗੇ ਕਿਉਂਕਿ ਆਪ ਬਣਾਈ ਦੀ ਚੀਜ਼ ਘਰੇ ਅਤੇ ਫਿਰ ਮੈਂ ਸੋ ਇਹਨਾਂ ਗੱਲ ਕੀਤੀ ਕਿ ਜੇ ਆਪਾਂ ਵੀ ਸਾਗ ਬਣਾ ਕੇ ਮਤਲਬ ਉੱਥੇ ਅੰਮ੍ਰਿਤਸਰ ਜ਼ਿਲ੍ਹੇ 'ਚ ਮਤਲਬ ਲਾ ਲਿਆ ਕਰੀਏ ਅਤੇ ਫਿਰ ਇਹ ਕਹਿੰਦਾ ਕਿ ਠੀਕ ਆ ਜੀ ਤੂੰ ਬਣਾ ਤਾਂ ਲੈਂਦੀ ਆ ਅਤੇ ਬਣਾ ਲਿਆ ਕਰ ਚੱਲ ਆਪਾਂ ਦੋਨੇ ਜੀ ਉੱਥੇ ਜਾ ਕੇ ਲਾ ਲਿਆ ਕਰਾਂਗੇ ਫਿਰ ਅਸੀਂ ਆਉਣ ਲੱਗ ਪਏ ਇੱਥੇ ਫਿਰ ਜਿੱਦਣ ਅਸੀਂ ਪਹਿਲੇ ਦਿਨ ਹੀ ਇੱਥੇ ਆਏ ਹਾਂ ਅਤੇ ਮਤਲਬ ਬਹੁਤ ਮਤਲਬ ਖਾਧਾ ਜਦੋਂ ਤੋਂ ਸ਼ਹਿਰ ਗਏ ਮਤਲਬ ਉਹਨਾਂ ਨੂੰ ਘਰ ਦਾ ਟੇਸਟ ਲੱਗਾ ਅਤੇ ਉਹਨਾਂ ਨੇ ਸਾਰਿਆਂ ਨੇ ਮਤਲਬ ਤਾਰੀਫ ਕੀਤੀ ਕਿ ਭੈਣ ਜੀ ਇਹ ਸਾਨੂੰ ਘਰ ਦਾ ਸਵਾਦ ਲੱਗਾ ਫਿਰ ਸਾਨੂੰ ਖੁਸ਼ੀ ਜੀ ਹੋਣ ਲੱਗ ਪਈ ਫਿਰ ਹੌਲੀ ਹੌਲੀ ਮਤਲਬ ਜਿਸ ਤਰ੍ਹਾਂ ਮਨ 'ਚ ਖੁਸ਼ੀ ਹੋਣ ਲੱਗ ਪਈ ਕਿ ਆਪਾਂ ਇਹ ਕੰਮ ਕੀਤਾ ਹੀ ਜਾਵੇ ਅਤੇ ਫਿਰ ਬਹੁਤ ਵਧੀਆ ਲੱਗਣ ਲੱਗ ਪਿਆ ਸਾਗ ਅਤੇ ਮੱਕੀ ਦੀ ਰੋਟੀ ਹਾਂਜੀ ਨਹੀਂ ਦੇਸੀ ਘਿਓ ਤਰ੍ਹਾਂ ਘਰ ਦਾ ਨਹੀਂ ਆ ਵੈਸੇ ਵੀ ਲਿਆਈਦਾ ਹਾਂਜੀ 6 ਵਜੇ ਉੱਠਣਾ ਪੈਂਦਾ ਬੱਚੇ ਵੀ ਛੋਟੇ ਆ ਫਿਰ ਹੌਲੀ ਹੌਲੀ ਤਿਆਰੀ ਕਰਦਿਆਂ ਮਤਲਬ 12-1 ਵੱਜ ਹੀ ਜਾਂਦਾ ਫਿਰ ਇੱਧਰ ਨੂੰ ਆਉਣਾ ਹੁੰਦਾ ਅੰਮ੍ਰਿਤਸਰ ਤੋਂ ਜਸਕਰਨ ਸਿੰਘ ਦੀ ਰਿਪੋਰਟ ਪਬਲਿਕ ਟਾਈਮ